ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਫਾਜ਼ਿਲਕਾ ਮਲੋਟ ਰੋਡ 'ਤੇ ਪਿੰਡ ਚੁਆੜੀਆਂ ਵਾਲੇ ਦੇ ਨੇੜੇ ਇੱਕ ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਕਿਸੇ ਹੋਰ ਸ਼ਹਿਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਜਸਬੀਰ ਸਿੰਘ ਅਤੇ ਉਸਦੇ ਭਰਾ ਪਿੰਡ ਪੂਰਨ ਪੱਟੀ ਤੋਂ ਆਪਣੀ ਭੈਣ ਦੇ ਘਰ ਹੋ ਕੇ ਵਾਪਸ ਆਉਂਦੇ ਸਮੇਂ ਪਿੰਡ ਚੁਆੜੀਆਂ ਵਾਲੀ ਕੋਲ ਇੱਕ ਟਰਾਲੇ ਦੇ ਨਾਲ ਟੱਕਰ ਹੋ ਗਈ, ਜਿਸ ਦੌਰਾਨ ਜਸਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸਦਾ ਭਰਾ ਗੁਰਦੇਵ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਜਸਬੀਰ ਸਿੰਘ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਘਟਨਾ ਦੇ ਬਾਅਦ ਟਰੱਕ ਟਰਾਲੇ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇੱਕ ਮੋਟਰਸਾਈਕਲ ਵਾਲਾ ਜੀ ਸਾਹਮਣੇ ਆ ਰਿਹਾ ਸੀਗਾ, ਪੱਠੇ 'ਤੇ ਉਹਦੀ ਭੈਣਾਂ ਲੱਗੀਆਂ ਹੋਈਆਂ ਸੀਗੀਆਂ, ਉਹ ਉਹਨਾਂ ਨੂੰ ਮਿਲਣ ਵਾਸਤੇ ਆਇਆ ਸੀ। ਨੂਰ ਸ਼ਾਹ ਪਿੰਡ ਦਾ ਸੀ ਬੰਦਾ ਅਤੇ ਉਹ ਆ ਕੇ ਘੋੜੇ ਦੇ ਵਿੱਚ ਵੱਜਿਆ ਸਿੱਧਾ। ਮੇਰੇ ਇੱਕ ਤਾਂ ਔਨ ਦਾ ਸਪੋਟ ਹੀ ਗੁਜ਼ਰ ਗਿਆ ਸੀ ਅਤੇ ਦੂਸਰਾ ਥੋੜ੍ਹੇ ਸਾਹ ਲੈ ਰਿਹਾ ਸੀ, ਉਹਨੂੰ ਲੈ ਕੇ ਗਏ ਸਰਕਾਰੀ ਹਸਪਤਾਲ। ਨਹੀਂ, ਨਾਂ ਦਾ ਨਹੀਂ ਪਤਾ ਲੱਗਿਆ, ਵੀ ਰਾਵਾਂ ਸਿੱਖਾਂ ਦੇ ਮੁੰਡੇ ਸੀ ਅਤੇ ਦੋਵੇਂ ਸਕੇ ਭਰਾ ਸੀਗੇ, ਬਸ ਇੰਨਾ ਹੀ ਪਤਾ ਲੱਗਿਆ। ਸਰ, ਇੱਥੋਂ ਮਲੋੜਾ ਬੱਸ ਮੋਟਰਸਾਈਕਲ ਆਉਂਦਾ ਪਿਆ ਸੀ, ਫਾਜ਼ਿਲਕਾ ਪਾਸੋਂ ਟਰੱਕ ਆਉਂਦਾ ਪਿਆ ਸੀ ਅਤੇ ਆਹਮਣੇ ਸਾਹਮਣੇ ਬਾਈਕ ਵਹੀਕਲ ਵੱਜੇ ਨੇ, ਇੱਕ ਤਾਂ ਮੌਕੇ 'ਤੇ ਖਤਮ ਹੋ ਗਿਆ, ਦੂਜੇ ਨੂੰ ਸਰਕਾਰੀ ਹੋਸਪਿਟਲ ਫਾਜ਼ਿਲਕਾ ਲੈ ਚੁੱਕੇ ਨੇ। ਆਪਣੇ ਨੂਰ ਸ਼ਾਹ ਪਿੰਡ ਦੇ ਦੱਸਦੇ ਪਏ ਨੇ, ਗੁਰਦੇਵ ਸਿੰਘ ਨਾਂ ਹੈਗਾ ਮੁੰਡੇ ਦਾ ਅਤੇ ਪਿਓ ਦਾ ਨਾਮ ਬਗੀਚਾ ਸਿੰਘ ਹੈਗਾ, ਦੋਵੇਂ ਭਰਾ ਹੈਗੇ, ਕਹਿੰਦੇ ਦੋਵੇਂ ਭਰਾ ਨੇ। ਪਿੱਛੋਂ ਆਉਂਦੇ ਇੱਧਰੋਂ ਆਪਦੇ ਇੱਕ ਵੱਡਾ ਭਰਾ ਹੈਗਾ ਸੀ, ਆ ਛੋਟਾ ਉੱਥੇ ਐਡਮਿਟ ਹੈਗਾ, ਭੈਣ ਨੂੰ ਮਿਲਣ ਆਏ ਸੀ, ਪੱਠੇ ਪੁੱਠੇ 'ਤੇ ਕੰਮ ਕਰਦੇ ਨੇ ਮੁੰਡੇ ਆ। ਉਹ ਐਕਸੀਡੈਂਟ ਘੋੜੇ 'ਚ ਹੋਇਆ ਜੀ। ਅੱਛਾ, ਇਹ ਮੇਰੇ ਭਾਣਜੇ ਸੀ, ਇਹਦਾ ਹੈਗਾ ਢੋਲਾ ਸੱਦੇ ਨੇ ਅਤੇ ਜਸਵੀਰ। ਅੱਛਾ, ਅਤੇ ਦੂਸਰੇ ਦਾ ਕੀ ਨਾਂ ਹੈ? ਉਹਦੇ ਨਾਂ ਗੁਰਦੇਵ, ਉਹਦੇ ਨਾਂ ਗੁਰਦੇਵ। ਹਾਂਜੀ, ਇਹ ਇੱਟਾਂ ਨੂੰ ਇਹ ਗਾਣੀ ਵੇਹ ਗਿਆ। ਅੱਛਾ, ਆ ਰਹੇ ਸੀ ਸਮਾਨ ਚੱਕਣ ਚੱਲੇ ਸੀ। ਕਿੱਥੇ ਜੀ? ਪੂਰਨ ਪੱਟੀ ਚੁਆੜਿਆਂ ਵਾਲੀ ਦੇ ਸਾਹਮਣੇ ਹੀ। ਕੰਮ ਕੀ ਕਰਦੇ ਸੀਗੇ? ਪੱਠੇ ਦਾ ਜੀ, ਇੱਟਾਂ ਕੱਟਦੇ ਸੀ। ਦੋਨੋਂ ਭਰਾ ਹੀ ਨੇ? ਹਾਂ, ਦੋਨੋਂ ਭਰਾ ਅਤੇ ਤਿੰਨ ਭੈਣਾਂ ਨੇ। ਹਾਂ, ਉਹਨਾਂ ਦੀ ਭੈਣ ਉੱਥੇ ਵੱਢ ਵੁੱਢ ਚੁੱਕਦੀ ਆਈ ਅਤੇ ਉਹਨਾਂ ਦਾ ਭਰਾਉਣਾ ਰਹਿੰਦਾ ਆ। ਹਾਂ, ਬਈ ਸਮਾਨ ਫੋਨ ਚੁੱਕ ਲਿਆਈਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਇਹ ਸੂਚਨਾ ਮਿਲੀ ਸੀ ਕਿ ਮਲੋਟ ਰੋਡ 'ਤੇ ਐਕਸੀਡੈਂਟ ਹੋਇਆ, ਟਰੱਕ ਦੇ ਮੋਟਰਸਾਈਕਲ ਦਾ। ਮੌਕੇ 'ਤੇ ਪੁੱਜੇ ਹਾਂ, ਇੱਕ ਵਿਅਕਤੀ ਦੀ ਮੌਤ ਹੋ ਗਈ, ਇੱਕ ਜ਼ਖਮੀ ਹੋ ਗਿਆ, ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਬਾਕੀ ਜਿਹੜੀ ਇਹਦੀ ਤਫਤੀਸ਼ ਚੱਲ ਰਹੀ ਹੈ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹੈ, ਜੋ ਕਾਰਵਾਈ ਬੰਦ ਹੁੰਦੀ ਹੈ। ਇਹ ਨਾ ਮੋਟਰਸਾਈਕਲ ਮੁੜਨ ਲੱਗਿਆ ਸੀ ਅਤੇ ਟਰੱਕ ਆ ਰਿਹਾ ਸੀ ਮਲੋਟ ਸਾਈਡ ਤੋਂ, ਠੀਕ ਹੈ, ਨਾ ਫਾਜ਼ਿਲਕਾ ਸਾਈਡ ਤੋਂ ਟਰੱਕ ਆ ਰਿਹਾ ਸੀ ਅਤੇ ਉਹ ਮੋਟਰ ਲੱਗਿਆ ਅਚਾਨਕ ਵਿੱਚ ਵੱਜ ਗਿਆ। ਇੱਕ ਦੀ ਮੌਤ ਹੋਈ ਹੈ, ਇੱਕ ਇੰਜਰਡ ਹੋਇਆ, ਨਹੀਂ ਅਜੇ ਨਹੀਂ ਪਛਾਣ ਨਹੀਂ, ਪਛਾਣ ਕਰ ਰਹੇ ਹਾਂ, ਤਫਤੀਸ਼ ਚੱਲ ਰਹੀ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।